ਜੇਕਰ ਚਿੱਟਾ ਵੇਚਣ ਵਾਲਾ ਕਾਲ ਚਰਾਣੀ ਆ ਗਿਆ ਤਾਂ ਲੱਤਾਂ ਤੋੜ ਦਿੱਤੀਆਂ ਜਾਣਗੀਆਂ। ਹੋਂ ਨਹੀਂ ਅਸੀਂ ਪਾਉਂਦੇ ਦੇਖ ਜੇ ਵੇਚਦਾ ਫੜਿਆਗਾ ਲੱਤਾਂ ਤੋੜਾਂਗੇ। ਇਹ ਮੈਂ ਨਹੀਂ ਕਹਿ ਰਿਹਾ ਪਿੰਡ ਦੀ ਪੰਚਾਇਤ ਕਹਿ ਰਹੀ ਐ। ਹੁਣ ਕੀ ਤੁਹਾਡੀ ਵਾਰਨਿੰਗ ਕੀ ਐ ਚਿੱਟੇ ਵਾਲਿਆਂ ਦੀ? ਵਾਰਨਿੰਗ ਇਹੀ ਐ ਜੇ ਨਾ ਸੁਧਰਨਗੇ ਸੁਧਾਰਾਂਗੇ ਫਿਰ ਕਾਰਵਾਈ ਕਰਾਂਗੇ। ਜਿਹੜੇ ਲੋਟ ਸਰਪੰਚ ਸਾਹਿਬ ਨੇ ਫੈਸਲਾ ਕੀਤਾ ਵੀ ਪ੍ਰਸ਼ਾਸਨ ਤੋਂ ਵੀ ਕਾਰਵਾਈ ਕਰਾਵਾਂਗੇ ਜੇ ਆਪਦੇ ਤੋਂ ਲੱਤਾਂ ਤੋੜੀਆਂ ਹੋਈਆਂ ਤਾਂ ਤੋੜਾਂਗੇ ਨਾ। ਜਿਹੜਾ ਸਿਸਟਮਾ ਮੰਨ ਲਓ ਪੁਲਿਸ ਫੜਦੀ ਸੀ ਬੰਦੇ ਨੂੰ ਪਰਚਾ ਪਾਣ ਦੀ ਉਹ 7ਵੇਂ ਦਿਨੋਂ ਘਰੇ ਆ ਜਾਂਦਾ ਸੀ ਜਵਾਨ ਤਰੇ ਇੱਕ ਸਵੇਰੇ ਸਵੇਰੇ ਅੱਜ ਕੇਸ ਆਇਆ ਸੀ ਉਹ ਕਹਿੰਦੇ ਵੇਹ ਟ੍ਰਾਂਸਪੋਰਟ ਤੇ ਤੇਲ ਲਗਾ ਕੇ ਹੀ ਕੱਢ ਕੇ ਸਾਡੇ ਓਵਰਡੋਜ਼ ਕਰਕੇ ਤਿੰਨ ਚਾਰ ਮੋਤਾਂ ਹੋਈਆਂ ਪਿੰਡ ਦੇ ਹਰ ਰੋਜ਼ ਤੜਕੇ ਮੈਂ ਜਦੋਂ ਉੱਠਦਾ ਸੀ ਪੰਜ ਸੱਤ ਕੇਸ ਆ ਹੀ ਪਏ ਹੁੰਦੇ ਸੀ ਚੋਰਾਂ ਦੇ ਇਹ ਕਰਦੇ ਚਿੱਟੇ ਵਾਲੀ ਸੀ 12 ਤੋਂ ਪਲੱਸ ਵੀ ਚਿੱਟੇ ਦੀ ਵੇਟ ਚੜਨ ਲੱਗ ਗਈ ਬੱਚੇ 12 ਪਲੱਸ ਬਹੁਤ ਹੀ ਘਾਰ ਤੇ ਸਾਢੇ ਦੋ ਪਹਿਲਾਂ 10 ਇਸ ਚਿੱਟੇ ਦੀ ਬਲੀ ਚੜ ਚੱਲੇਗੀ। ਨਾ ਕੋਈ ਸਰਕਾਰ ਤੋਂ ਆਸ ਵੀ ਨਹੀਂ ਪਹਿਲਾਂ ਸਰਕਾਰਾਂ ਕਹਿੰਦੀਆਂ ਸੀ ਕੈਪਟਨ ਸਰਕਾਰ ਨੇ ਗੁਟਕਾ ਖਾ ਕੇ ਚੱਕ ਕੇ ਸੌਂ ਖਾਧੀ ਸੀ ਵੀ ਅਸੀਂ ਇੱਕ ਦਿਨ ਦੇ ਵਿੱਚ ਮੈਂ ਹਫਤੇ 'ਚ ਬੰਦ ਕਰ ਦੂੰਗਾ ਠੀਕ ਹੈ ਜੀ ਕਿਸੇ ਨੇ ਕੋਈ ਗੱਲ ਨਹੀਂ ਦੀ। ਪ੍ਰਸ਼ਾਸਨ ਆਉਂਦਾ ਜਾ ਕੇ ਪੁਲਿਸ ਜੀ ਤੋਂ ਆਉਂਦੀ ਹੈ ਉਹ ਕਹਿੰਦੀ ਲਿਆਓ ਜੀ ਕੀ ਸਬੂਤ ਹੈ ਉਹ ਥੱਲੇ ਸਿੱਟੇ ਉੱਥੇ ਆਉਂਦਾ ਨਹੀਂ ਜਮਣ ਕੇ ਸਬੂਤ ਪੁਲਿਸ ਕੋਲੇ ਹੁੰਦਾ ਹੀ ਨਹੀਂ ਵਿਚਾਰੀ ਕੋਲੇ। ਚਿੱਟਾ ਵੇਚਣ ਵਾਲਾ ਪਿੰਡ ਕਾਲ ਚਰਾਣੀ ਨਾ ਵੜੇ ਜੇਕਰ ਚਿੱਟਾ ਵੇਚਣ ਵਾਲਾ ਕਾਲ ਚਰਾਣੀ ਆ ਗਿਆ ਤਾਂ ਲੱਤਾਂ ਤੋੜ ਦਿੱਤੀਆਂ ਜਾਣਗੀਆਂ ਇਹ ਮੈਂ ਨਹੀਂ ਕਹਿ ਰਿਹਾ ਪਿੰਡ ਦੀ ਪੰਚਾਇਤ ਕਹਿ ਰਹੀ ਹੈ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਵਾਸੀਆਂ ਵੱਲੋਂ ਇਹ ਮਤਾ ਪਾਇਆ ਗਿਆ ਹੈ ਕਿ ਚਿੱਟਾ ਵੇਚਣ ਵਾਲਾ ਜੇਕਰ ਕੋਈ ਪਿੰਡ ਦਾ ਵੀ ਹੋਇਆ ਬਾਹਰ ਦਾ ਵੀ ਹੋਇਆ ਸਖਤ ਕਾਰਵਾਈ ਕਰਾਂਗੇ ਲੱਤਾਂ ਤੋੜ ਕੇ ਰੱਖ ਦੇਾਂਗੇ ਕਿਉਂ ਇਹ ਫੈਸਲਾ ਲੈਣਾ ਪਿਆ ਪਿੰਡ ਨੂੰ ਕੀ ਮਜਬੂਰੀ ਹੈ ਕਿੰਨੇ ਇੱਕ ਵੱਡੀ ਪੱਦਰ ਦੇ ਉੱਤੇ ਪਿੰਡ ਦੇ ਵਿੱਚ ਚਿੱਟਾ ਵਿਕ ਰਿਹਾ ਹੈ ਗੱਲਬਾਤ ਕਰਾਂਗੇ ਪਿੰਡ ਦੀ ਪੰਚਾਇਤ ਸਾਡੇ ਨਾਲ ਸਾਡੇ ਨਾਲ ਪਿੰਡ ਦੇ ਸਰਪੰਚ ਦਤਿੰਦਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਰਪੰਚ ਸਾਹਿਬ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ ਕੀ ਮਸਲਾ ਸੀ ਕਿਉਂ ਇਹ ਮਤਾ ਪਾਇਆ ਕੀ ਸਾਰੀ ਦੇ ਪਿੱਛੇ ਕਹਾਣੀ ਹੈ ਮਸਲਾ ਬਾਈ ਜੀ ਚਿੱਟੇ ਦਾ ਸੀ ਸਾਰਾ ਸਾਡੇ ਪਿੰਡ ਚਿੱਟਾ ਬਹੁਤ ਵਿਕ ਰਿਹਾ ਸੀ ਠੀਕ ਹੈ ਉਹਦੇ ਵਿੱਚ ਹਰ ਰੋਜ਼ ਕੋਈ ਚੋਰੀਆਂ ਹੁੰਦੀਆਂ ਸੀ ਕਿ ਕਿਸ ਦਾ ਟਰਾਂਫਾਰਮ ਲੈ ਗਿਆ ਕਿਸ ਦੀ ਮੋਟਰ ਨਿਕਲ ਗਈ ਕਿਸ ਦੀ ਤਾਰ ਵੱਢੀ ਗਈ ਕਿਸ ਦਾ ਪਟਾ ਲੈ ਗਿਆ ਜੀ ਪਿੰਡ ਵਾਲੇ ਸਾਰੇ ਦੁਖੀ ਸੀ ਕਿਉਂਕਿ ਚਿੱਟੇ ਤੋਂ ਇਹਦਾ ਕਰਕੇ ਅਸੀਂ ਪਿੰਡ ਦਾ ਕੱਠ ਮਾਰਿਆ ਸੀਗਾ ਕੱਠ ਮਾਰ ਕੇ ਸੱਤ ਦੇ ਵਿੱਚੋਂ ਸੋਹ ਬਾਕੇ ਚੱਲੇ ਸੀ ਵੀ ਚਿੱਟਾ ਜਿਹੜੇ ਵੇਚਦੇ ਆ ਜੀ ਤੇ ਕਰਦੇ ਆ ਜਿਹੜੇ ਦਾ ਵੇਚਦੇ ਸੀਗੇ ਅਸੀਂ ਉਹਨਾਂ ਨੂੰ ਘਰ ਘਰ ਜਾ ਕੇ ਵਾਰਨਿੰਗ ਦਿੱਤੀ ਆ ਭਾਈ ਜੇ ਛੱਡਣਾ ਚਾਹੁੰਦੇ ਛਰਾ ਵੀ ਦਿੰਨੇ ਆ ਪਰ ਵੇਚੇ ਨਹੀਂ ਦਿੰਦੇ ਤੇ ਜਿਹੜੇ ਸਾਡੇ ਹੁਣ ਵੀ ਇਹਦਾ ਅਪੀਲ ਕਰਦੇ ਆ ਵੀ ਜਿਹੜੇ ਛੱਡਣਾ ਚਾਹੁੰਦੇ ਛਣਾਉਣ ਨੂੰ ਵੀ ਤਿਆਰ ਆ ਹਾਂ ਘਰਾਂ 'ਚ ਗਏ ਆ ਪਿੰਡ ਦੇ ਵਿੱਚ ਕੁਝ ਲੋਕ ਵੇਚਦੇ ਸੀ ਹਾਂ ਹਾਂ ਘਰਾਂ 'ਚ ਗਏ ਆ ਅਸੀਂ ਪੰਜ-ਛੇ ਬੰਦੇ ਸੀਗੇ ਜਿਹੜੇ ਵੇਚਦੇ ਸੀ ਘਰਾਂ 'ਚ ਗਏ ਆ ਉਹਨਾਂ ਨੂੰ ਦੱਸ ਕੇ ਆਂ ਵਾਰਨਿੰਗ ਦੇ ਕੇ ਆਂ ਬਕਾਇਦਾ ਠ ਕੀ ਕਹਾ ਉਹਨਾਂ ਨੇ ਕਹਿੰਦੇ ਨਹੀਂ ਵੇਚਦੇ ਭਰੋਸਾ ਦਵਾਇਆ ਸੀ ਕਹਿੰਦਾ ਨਹੀਂ ਵੇਚਦੇ ਉਹ ਦੂਜੇ ਦਿਨ ਪ੍ਰਸ਼ਾਸਨ ਨੇ ਉਹਨਾਂ ਨੂੰ ਚੱਕ ਲਿਆ ਸੀ ਅਰੈਸਟ ਕਰ ਲਿਆ ਸੀਗਾ ਉਦੋਂ ਬਾਅਦ ਉਹਨਾਂ ਦਾ ਡਰਗ ਟੈਸਟ ਵਗੈਰਾ ਕਰਾਇਆ ਅੱਜ ਉਹਨਾਂ ਨੂੰ ਸ਼ਾਇਦ ਛੱਡ ਦੇਣਗੇ ਠੀਕ ਹੈ ਡਰਗ ਟੈਸਟ ਕਰਾ ਕੇ ਪਰ ਇਹ ਕਿਉਂ ਫੈਸਲਾ ਲਿਆ ਵੀ ਆਪ ਹੀ ਵੇਖਣਾ ਹੁਣ ਵੀ ਇਹ ਵੇਖਣਾ ਹੀ ਸੀਗਾ ਜੀ ਹੁਣ ਜਿਹੜਾ ਸਿਸਟਮਾ ਮੰਨ ਲਓ ਪੁਲਿਸ ਫੜਦੀ ਸੀ ਬੰਦੇ ਨੂੰ ਪਰਚਾ ਪਾਉਂਦੀ ਉਹ 7ਵੇਂ ਦਿਨੋਂ ਘਰੇ ਆ ਜਾਂਦਾ ਸੀ ਜਵਾਨ ਤਹਿ ਕੇ ਉਹ ਉੱਤੋਂ ਦੀ ਆ ਕੇ ਫੇਰ ਵਧਾਉਂਦਾ ਸੀ ਕੰਮ ਪੁਲਿਸ ਦਾ ਡਰ ਤਾਂ ਖਤਮ ਸੀ ਜੇਲ੍ਹ ਵੀ ਜਾਇਆ ਬੰਦਾ ਖਤਮ ਹੋ ਗਿਆ ਸੀ ਉਸ ਤੋਂ ਬਾਅਦ ਫਿਰ ਅਸੀਂ ਆਪ ਦਾ ਵੀ ਸੋਚਿਆ ਵੀ ਆਪ ਵੀ ਪਿੰਡ ਨੂੰ ਕਿਸੇ ਨੂੰ ਡਰ ਪਾਈਏ ਕਿ ਆਪਾਂ ਵੀ ਕੋਈ ਨਰਪੱਖ ਹੋ ਕੇ ਫੈਸਲਾ ਕਰੀਏ ਵੀ ਯਾਰ ਅਸੀਂ ਤਾਂ ਆਪ ਦਾ ਖੁਦ ਕਰਾਂਗੇ ਫੈਸਲਾ ਪ੍ਰਸ਼ਾਸਨ ਨੂੰ ਇਹੀ ਬੇਨਤੀ ਕੀਤੀ ਹੁਣ ਹੁਣ ਕੀ ਤੁਹਾਡੀ ਵਾਰਨਿੰਗ ਕੀ ਹੈ ਚਿੱਟੇ ਵਾਲਿਆਂ ਨੂੰ ਵਾਰਨਿੰਗ ਇਹੀ ਹੈ ਜੇ ਨਾ ਸੁਧਰਨਗੇ ਸੁਧਾਰਾਂਗੇ ਫਿਰ ਕਾਰਵਾਈ ਕਰਾਂਗੇ ਪਿੰਡ ਚੋਂ ਬਾਈਕਾਰਡ ਵੀ ਕਰਾਂਗੇ ਹੋਰ ਵੀ ਬਣਦੀਆਂ ਕਾਰਵਾਈਆਂ ਕਰਾਂਗੇ ਇਸ ਪਿੰਡ ਨਾਲ। ਪ੍ਰਸ਼ਾਸਨ ਨੇ ਨਹੀਂ ਕਿਹਾ ਵੀ ਤੁਸੀਂ ਸਾਨੂੰ ਦੱਸੋ। ਨਹੀਂ ਪ੍ਰਸ਼ਾਸਨ ਨੇ ਵਿਸ਼ਵਾਸ ਦਵਾਇਆ ਪੂਰਾ ਵਿਸ਼ਵਾਸ। ਪ੍ਰਸ਼ਾਸਨ ਕਹਿੰਦਾ ਵੀ ਸਾਨੂੰ ਦੱਸੋ ਅਸੀਂ ਨਾਲ ਆ ਸਾਡੇ ਬਾਕੀ ਪ੍ਰਸ਼ਾਸਨ ਕੱਲ ਆਏ ਸੀ। ਜੀਐਸਪੀ ਗੁਰਦੀਪ ਸਿੰਘ ਵੀ ਆਏ ਸੀ ਉਹ ਵੀ ਮਿਲ ਕੇ ਗਏ ਆ। ਕਹਿੰਦੇ ਸੀ ਵੀ ਨਾਲ ਆ ਜਦੋਂ ਸਾਨੂੰ ਕੋਈ ਲੋੜ ਆ ਦੱਸੋ ਭਾਈ। ਅਸੀਂ ਉਹਨਾਂ ਦੱਸਾਂਗੇ ਪਰ ਹੁਣ ਉਹ ਪ੍ਰਸ਼ਾਸਨ ਨੂੰ ਦੱਸ ਕੀ ਕੀ ਕਰੀਏ ਚਿੱਟਾ ਹੁੰਦਾ ਉਹ ਨਾਲ ਦੀ ਨਾਲ ਅਗਲਾ ਸੜ ਦਿੰਦਾ। ਉਥੇ ਹੁੰਦਾ ਹੀ ਨਹੀਂ ਮੁੜ ਕੇ। ਕਿਉਂ ਹੁੰਦਾ ਮਿਲ ਜਾਂਦਾ ਹਾਂ। ਪਰ ਹੁਣ ਜੇ ਮਤਲਬ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਜਾਂ ਤੁਹਾਨੂੰ ਪੰਚਾਇਤ ਨੂੰ ਪਿੰਡ ਨੇ ਸਾਥ ਨਾ ਲੈ ਕਾਨੂੰਨੀ ਕਾਰਵਾਈ ਕਾਨੂੰਨੀ ਕਾਰਵਾਈ ਵੀ ਕਰਾਵਾਂਗੇ ਪ੍ਰਿੰਟ ਚੋਂ ਬਾਈਕਾਟ ਵੀ ਕਰਾਂਗੇ ਉਹਦਾ ਬੰਦੇ ਦਾ ਜਿਹੜਾ ਨਾਂ ਹਟਿਆ ਤੇ ਕਾਨੂੰਨੀ ਕਾਰਵਾਈ ਕਰਾਵਾਂ ਹੀ ਬਣਦੀ ਉੱਤੇ ਜੋ ਵੀ ਬਣਦੀ ਹੈ ਕਿਵੇਂ ਆ ਜੀ ਕਿਵੇਂ ਆ ਫੈਸਲਾ ਜਿਹੜਾ ਇਹਦੇ ਬਹੁਤ ਵਧੀਆ ਫੈਸਲਾ ਪੰਚਾਇਤ ਦਾ ਜੀ ਹਾਂ ਇਹਦੇ ਨਾਲ ਅਸੀਂ ਸਹਿਮਤ ਹਾਂ ਜੀ ਹਾਂ ਜੀ ਜੀ ਕਿੰਨੇ ਕਿੰਨੇ ਕਿ ਮੁੰਡੇ ਜਿਹੜੇ ਇਹਦੇ ਨਾਲ ਪੀੜਤ ਸੀਗੇ ਨਸ਼ੇ 2-250 ਬੰਦਾ ਹੈਗਾ ਜੀ 100 ਦਾ ਸਾਡੀ ਨਿਗਾਚੀ ਹੈ ਠੀਕ ਹੈ ਬਾਕੀ ਸਾਡੀ ਨਿਰਾਤ ਬਾਹਰ ਹੈ ਕੁਝ ਟੋਟਲ 200 ਹਾਂਜੀ ਉਹਦੇ ਨਾਲ ਫਿਰ ਨੁਕਸਾਨ ਹੋ ਰਿਹਾ ਸੀ ਪਿੰਡ ਦਾ ਮਤਲਬ ਬੱਚੇ ਨਵੀਂ ਪੋਸ਼ ਖਰਾਬ ਹੋ ਰਹੀ ਜੀ ਹਾਂ ਨਵਾਂ ਪੋਸ਼ ਨਾ ਖਰਾਬ ਉਹ ਇੱਕ ਤਾਂ ਖਰਾਬ ਹੋਇਆ ਹੀ ਹੈ ਠੀਕ ਹੈ ਆਉਣ ਵਾਲੀ ਜਨਰੇਸ਼ਨ ਸਾਡੇ ਵੀ ਬੱਚੇ ਆ ਅਸੀਂ ਜੀਓ ਕੋਲੇ ਬੈਠਣਗੇ ਜਿਹੇ ਜੀ ਸੰਗਤ ਕਰਨਗੇ ਰੰਗ ਤਾਂ ਉਹਨਾਂ ਨੂੰ ਉਹ ਜਿਹਾ ਹੀ ਲੱਗਣਾ ਹੈ ਨਾ ਜੀ ਠੀਕ ਹੈ ਇਸ ਕਰਕੇ ਸਮਝਾਉਣੇ ਆ ਬਾਕੀ ਕੋਸ਼ਿਸ਼ ਕਰਦੇ ਆ ਜੇ ਕੋਈ ਸਮਾ ਸਾਡੀ ਜੇਬ ਚੋਂ ਪੈਸੇ ਲਾਉਣ ਦਾ ਆਇਆ ਉਹਨਾਂ ਨੂੰ ਸੁਧਾਰਨ ਪਿੱਛੇ ਉਹ ਵੀ ਲਾਵਾਂਗੇ ਜੋ ਸਾਡੇ ਕੋਲੇ ਜਿੰਨੀ ਕਹੇਗੀ ਪਹੁੰਚੀ ਜ਼ਰੂਰ ਉਹਨਾਂ ਦਾ ਬਚਤ ਕਰਾਂਗੇ ਜੇ ਸਮਝਣਗੇ ਤਾਂ ਜਿਉਂ ਆਉਂਦੇ ਆ ਵੀ ਮੈਂ ਛੱਡਣਾ ਮੈਂ ਵਾਪਸ ਹਾਂ 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 ਪੈਸੇ ਲਾਵਾਂਗੇ ਇਲਾਜ ਕਰਾਵਾਂਗੇ ਇਲਾਜ ਕਰਾਓਗੇ ਪੰਚਾਇਤ ਮੈਂਬਰ ਵੀ ਨੇ ਕਿਵੇਂ ਉਹ ਪੰਚਾਇਤ ਨੇ ਫੈਸਲਾ ਫਿਰ ਇਹ ਮਤਲਬ ਜਿਵੇਂ ਕਹਿੰਦੇ ਨੇ ਮਰਦਿਆਂ ਨੇ ਅੱਕ ਚੱਬਿਆ ਹਾਂਜੀ ਹਾਂਜੀ ਇਹ ਪਿੰਡ ਦਾ ਸਾਰਾ ਪਿੰਡ ਇਕੱਠਾ ਕਰਕੇ ਠੀਕ ਹੈ ਜਿਉਂ ਸਾਰੇ ਦੁਖੀ ਸੀ ਦੁਖੀ ਹੋ ਕੇ ਮਸਲਾ ਜਿਹੜਾ ਮਤਾ ਪਾਇਆ ਸੀ ਦੁਖੀ ਹੋ ਕੇ ਮਤਾ ਪਾਇਆ ਸਰਪੰਚ ਸਾਹਿਬ ਕਦੋਂ ਤੋਂ ਚੱਲਦਾ ਇਹ ਚਿੱਟੇ ਵਾਲਾ ਖੇਡ ਚਿੱਟੇ ਵਾਲਾ ਤਾਂ ਬਾਈ ਜੀ 4-5 ਸਾਲਾਂ ਤੋਂ ਚੱਲਦਾ ਇਹ ਜਿਆਦੇ ਹੋ ਗਿਆ ਪਿੰਡ ਦੇ ਲੋਕ ਤੁਹਾਡੇ ਕੋਲੇ ਆਏ ਕਿ ਤੁਹਾਨੂੰ ਹੀ ਲੱਗਿਆ ਵੀ ਇਹ ਕੰਮ ਹੋਣਾ ਹੈ ਪਿੰਡ ਦੇ ਹਰ ਰੋਜ਼ ਤੜਕੇ ਮੈਂ ਜਦੋਂ ਉੱਠਦਾ ਸੀ 5-7 ਕੇਸ ਆ ਹੀ ਪਏ ਹੁੰਦੇ ਸੀ ਚੋਰਾਂ ਦੇ ਜੀ ਠੀਕ ਹੈ ਇਹ ਕਰਦੇ ਚਿੱਟੇ ਵਾਲੀ ਸੀ ਪਰ ਦੁਖੀ ਹੋ ਕੇ ਵੀ ਮੈਂ ਤਾਂ ਇਕੱਲਾ ਕੁਝ ਕਰ ਨਹੀਂ ਸਕਦਾ ਪਿੰਡ ਦਾ ਇਕੱਠ ਮਾਰਿਆ ਵੀ ਆਓ ਆਪਾਂ ਸਾਰੇ ਰਲ ਮਿਲ ਕੇ ਇਹਦਾ ਕੰਮ ਕਰੀਏ ਹੂੰ ਫਿਰ ਤਾਂ ਹੀ ਸਾਰਾ ਪਿੰਡ ਤੁਰਿਆ ਜੀ ਨਾ ਫਿਰ ਅਸੀਂ ਫੈਸਲਾ ਕਰਦੇ ਪਿੰਡ ਦਾ ਪੂਰਾ ਰਿਸਪੌਂਸ ਹੈ ਤੁਹਾਡੇ ਨਾਲ ਰਿਸਪੌਂਸ ਪੂਰਾ ਜੀ ਹੁਣ ਜਦੋਂ ਗਲਤ ਕੰਮ ਹੋਈ ਜਾਂਦਾ ਰਿਸਪੌਂਸ ਤਾਂ ਹੋਊਗਾ ਜੀ ਹਾਂ ਜਿਵੇਂ ਠੀਕ ਹੈ ਫੈਸਲਾ ਇਹ ਬਹੁਤ ਵਧੀਆ ਹੋਵੇ ਜੀ ਬਹੁਤ ਪੂਰਾ ਫੁੱਲ ਸ਼ਲਾਗਾ ਜਿਹੜਾ ਸਾਡੇ ਸਰਪੰਚ ਦੀ ਬਹੁਤ ਬਹੁਤ ਅਜੀ ਸਰਪੰਚ ਸਾਹਿਬ ਦੀ ਇਹ ਹੀ ਬੇਨਤੀ ਕਰੀ ਸੀ ਕਿ ਸਰਪੰਚ ਸਾਹਿਬ ਪਿੰਡ ਦਾ ਵਿਕਾਸ ਨਹੀਂ ਚਾਹੀਦਾ ਪਿੰਡ ਦੀ ਜਵਾਨੀ ਚਾਹੀਦੀ ਹੈ ਆਪਾਂ ਨੂੰ ਠੀਕ ਹੈ ਸਰਪੰਚ ਸਾਹਿਬ ਨੇ ਫਿਰ ਸੱਤ ਦੇ ਵਿੱਚ ਖੜ ਕੇ ਐਲਾਨਮੈਂਟ ਕਰਕੇ ਠੀਕ ਹੈ ਸੌਂ ਖਾ ਕੇ ਚੱਲੇ ਸੀ ਕਹਿੰਦਾ ਵੀ ਆਪਾਂ ਦਿਲੋਂ ਹਰ ਇੱਕ ਦੀ ਮਦਦ ਕਰਾਂਗੇ ਜੇ ਕਿਸੇ ਨੂੰ ਕੋਈ 20-50 ਹਜ਼ਾਰ ਰੁਪਏ ਦੀ ਲੋੜ ਆ ਉਹਦੇ ਘਰ ਲਈ ਖਰਚਾ ਵੀ ਦੇਵਾਂਗੇ ਉਹਦਾ ਲਾਜ ਵੀ ਪ੍ਰੋਪਰ ਲਾਜ ਵੀ ਕਰਾ ਕੇ ਚੱਲਾਂਗੇ ਜੇ ਉਹ ਬੰਦਾ 6 ਮਹੀਨੇ ਤੱਕ ਵੀ ਟ੍ਰੀਟਮੈਂਟ ਸ਼ਿਰਾਕਾ ਜੋ ਕਦਮ ਹੈ ਇਹ ਸਰਪੰਚ ਸਾਹਿਬ ਜੀ ਜੇ ਕੋਈ ਵਿਚਰ ਆਉਂਦਾ ਪਿੰਡ ਦੇ ਵਿੱਚ ਫਿਰ ਕੀ ਫੈਸਲਾ ਫਿਰ ਉਹਦੇ ਪੂਰੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜਿਹੜੇ ਲੋਟਸ ਸਰਪੰਚ ਸਾਹਿਬ ਨੇ ਫੈਸਲਾ ਕੀਤਾ ਵੀ ਪ੍ਰਸ਼ਾਸਨ ਤੋਂ ਵੀ ਕਾਰਵਾਈ ਕਰਾਵਾਂਗੇ ਜੇ ਆਪਦੇ ਤੋਂ ਲੱਤਾਂ ਤੋੜੀਆਂ ਹੋਈਆਂ ਤਾਂ ਤੋੜਾਂਗੇ ਇੱਥੇ ਲੱਤਾਂ ਤੋੜੋਗੇ ਲੱਤਾਂ ਤੋੜਾਂਗੇ ਇਹ ਸ਼ਬਦ ਸਹੀ ਕਿਹਾ ਜੀ ਅੱਕ ਕੇ ਕਿਹਾ ਜੀ ਸਰਪੰਚ ਸਾਹਿਬ ਇਹੀ ਸ਼ਬਦ ਹੈ ਹਾਂਜੀ ਹਾਂ ਇਹੀ ਵੀ ਨਾ ਤੋੜਨੇ ਪਈਆਂ ਉਹ ਤੋੜ ਦਿਆਂਗੇ ਜੀ ਹਮ ਮੌਕੇ ਤੇ ਕੋਈ ਚੱਕਰ ਨਹੀਂ ਬਾਰੋਂ ਵੇਚਣ ਵੀ ਆਉਂਦੇ ਪਿੰਡ ਚ ਵਾਧੂ ਆਉਂਦੇ ਹੀ ਵਾਧੂ ਆਉਂਦੇ ਅੱਛਾ ਹਾਂਜੀ ਹਾਂ ਇਹੀ ਬਾਈ ਜੀ ਬਾਹਰ ਦੇ ਪਹਿਲਾਂ ਸਾਡੇ ਪਿੰਡਾਂ ਦੇ ਵਿੱਚ ਨਹੀਂ ਇਹ ਰਿਜਨ ਸੀਗਾ ਸਾਡੇ ਸਰਪੰਚੀ ਨੂੰ 3 ਸਾਲ ਹੋ ਸਾਢੇ 3 ਸਾਲ ਹੋ ਚਲੇ ਆ ਇਹ ਕੰਮ ਨਹੀਂ ਸੀਗਾ ਠੀਕ ਹੈ ਜੀ ਹੁਣ ਜਦੋਂ ਸਰਪੰਚ ਸਾਹਿਬ ਸਵੇਰੇ ਉੱਠਦੇ ਸੀ ਸੱਤ ਜਣੇ ਬਾਹਰ ਚ ਖੜੇ ਹੁੰਦੇ ਸੀ ਬਾਈ ਜੀ ਕੋਈ ਕਹਿੰਦਾ ਸੀ ਮੇਰੀ ਟਰਾਂਸਫਾਰਮ ਦੀ ਤਾਰ ਲੱਗਿਆ ਵੱਢ ਕੇ ਕੋਈ ਸੋਚਦਾ ਸੀ ਮੇਰੇ ਟਰਾਂਸਫਾਰਮ ਜੋ ਇੱਕ ਸਵੇਰੇ ਸਵੇਰੇ ਅੱਜ ਕੇਸ ਆਇਆ ਸੀ ਉਹ ਕਹਿੰਦੇ ਵੇ ਟਰਾਂਸਫਾਰਮ ਜੋ ਤੇਲ ਲੱਗਿਆ ਹੀ ਕੱਢ ਕੇ ਇਹੋ ਜਿਹੇ ਕੇਸ ਬਹੁਤ ਜਾਂਦੇ ਸਵੇਰੇ ਚਾਹ ਸਾਬ੍ਹ ਸਾਰਿਆਂ ਨਾਲ ਪੰਚਾਇਤ ਦੀ ਪਹਿਲਾਂ ਆਪਸੇ ਮੀਟਿੰਗ ਬੁਲਾਈ ਠੀਕ ਹੈ ਮੀਟਿੰਗ ਬੁਲਾ ਕੇ ਪੰਚਾਇਤ ਦੀ ਫਿਰ ਇਹਨਾਂ ਨਾਲ ਸਹਿਮਤੀ ਪਾਈ ਫਿਰ ਪਿੰਡ ਨੂੰ ਕੱਟ ਕਰਾਈ ਅਲਾਸਮੈਂਟ ਕਰਾਈ ਪਿੰਡ ਦੇ ਵਿੱਚ ਠੀਕ ਹੈ ਜੀ ਫਿਰ ਪਿੰਡ ਦਾ ਇਕੱਠ ਹੋਇਆ ਪਿੰਡ ਨੇ ਪੂਰਾ ਦਿਲੋਂ ਸਹਿਯੋਗ ਦਿੱਤਾ ਵੀ ਸਰਪੰਚ ਸਾਹਿਬ ਜੀ ਜਿਵੇਂ ਵੀ ਕੁਝ ਕਰਨਾ ਪਿਆ ਸੀ ਸਾਡੇ ਨਾਲ ਖੜਕੇ ਨਾਲ ਬਰਾਬਰ ਖੜਾਂਗੇ ਸਾਡੇ ਜੀ ਬਰਾਬਰ ਖੜਾਂਗੇ ਬਰਾਬਰ ਖੜਾਂਗੇ ਹਾਂ ਜੀ ਚਿੱਟਾ ਕਿੰਨੇ ਕੁ ਮੁੰਡੇ ਜਿਹੜੇ ਆ ਇੱਥੇ ਪੀੜਤ ਐ ਇਸ ਚੀਜ਼ ਤੋਂ ਪੀੜਤੀ ਸਾਡੇ ਘੱਟੋ ਘੱਟ 200 ਪਲੱਸ ਕਰੀ ਬਠਾਈ 200 ਪਲੱਸ ਹਾਂ ਜੀ ਦੋਸੋਂ ਮਾਵਾ ਦੇ ਪੁੱਤ ਮਤਲਬ ਇਸ ਵਕਤ ਜਿਹੜੇ ਮੌਤ ਦੀ ਕਗਾਰ ਤੇ ਸੀ ਮੌਤ ਦੀ ਕਗਾਰ ਤੇ ਸਾਢੇ ਦੋ ਪਹਿਲਾਂ 10 ਇਸ ਚਿੱਟੇ ਦੀ ਬਲੀ ਚੜ ਚੱਲੇ ਸੀ 10 ਚੜ ਚਾ ਹਾਂ 10 ਜਾਵੜੀ 10 ਜਾਨਾਂ ਗਵਾ ਚੁੱਕੇ ਹੀ ਸਾਡੇ ਇਹ ਬੜਾ ਅਹਿਮ ਗੰਭੀਰ ਮਸਲਾ ਗੰਭੀਰ ਮਸਲੇ ਤੇ ਫਿਰ ਇਹ ਫੈਸਲਾ ਸਾਰੇ ਬੈਣਾਂ ਦੇ ਨਾਲ ਕੇ ਲਿਆ ਪੂਰਾ ਜੀ ਐ ਸਖਤੀ ਨਾਲ ਫੈਸਲਾ ਲਿਆ ਜੀ ਕੋਈ ਇਹ ਪੂਰੀ ਐ ਸਾਰਾ ਕੁਝ ਦੇਖ ਕੇ ਜਿਮਾ ਵੀ ਕੋਈ ਇਦੋਂ ਕਿਸੇ ਨੇ ਨਹੀਂ ਬਾਹਾਂ ਨਹੀਂ ਫੜੀ ਸੀ ਕਿਸਦੇ ਨਾ ਕੋਈ ਸਰਕਾਰ ਤੋਂ ਆਸ ਵੀ ਨਹੀਂ ਵੀ ਪਹਿਲਾਂ ਸਰਕਾਰਾਂ ਕਹਿੰਦੀਆਂ ਸੀ ਕੈਪਟਨ ਸਰਕਾਰ ਨੇ ਗੁਟਕਾ ਖਾ ਕੇ ਚੱਕੇ ਸੌਂ ਖਾਦੀ ਸੀ ਵੀ ਅਸੀਂ ਇੱਕ ਦਿਨ ਦੇ ਵਿੱਚ ਮੈਂ ਹਫਤੇ 'ਚ ਬੰਦ ਕਰ ਦੂੰਗਾ ਠੀਕ ਹੈ ਜੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਸੀ ਐਂਡ ਤੇ ਜਾ ਕੇ ਜੀ ਪਿੰਡਾਂ ਦੀਆਂ ਅਸੀਂ ਪੰਚਾਇਤਾਂ ਨੂੰ ਸਾਰੀਆਂ ਨੂੰ ਨੇੜਲੇ ਪਿੰਡਾਂ ਦੇ ਅਸੀਂ ਬੇਨਤੀ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਵੀ ਤੁਸੀਂ ਇਹ ਜਿਹੜਾ ਕਦਮ ਹੈ ਸਾਰੇ ਚੱਕੋ ਭਾਈ ਫਿਰ ਆਪਣੀ ਪਿੰਡ ਦੀ ਜਵਾਨੀ ਫਿਰ ਬਚੂਗੀ ਵੀ ਆਪਣੀ ਰੱਖੀ ਆਪ ਕਰਨੀ ਪੈਣੀ ਹਾਂਜੀ ਆਪਣੀ ਖੁਦ ਹੀ ਕਰਨੀ ਪਣੀ ਜੀ ਜਿਵੇਂ ਜੱਥੇਬੰਦੀਆਂ ਕਹਿੰਦੀਆਂ ਕਿ ਥੋੜਾਂ ਤੋਂ ਨਾ ਝਾਕ ਕਰੋ ਆਪਣੀ ਰੱਖੀ ਆਪ ਕਰੋ ਹਾਂਜੀ ਆਪ ਕਰੋ ਜੀ ਹਾਂ ਕਿਸੇ ਦੀ ਆਸ ਨਾ ਰੱਖੋ ਕੋਈ ਚੱਕ ਨਹੀਂ ਰਹੀ ਕਿ ਨਹੀਂ ਜੀ ਨਹੀਂ ਨਹੀਂ ਕੋਈ ਪ੍ਰਸ਼ਾਸਨ ਦੀ ਠੀਕ ਹੈ ਜੀ ਦਾ ਫੜ ਲਈ ਠੀਕ ਹੈ ਉਹਦੇ ਕੋਲੇ ਇੱਕ ਇਹ ਰੇਤੇ ਦੀ ਤਰ੍ਹਾਂ ਦੱਸਦੇ ਆ ਕਹਿੰਦੇ ਅਸੀਂ ਤਾਂ ਦੇਖਿਆ ਨਹੀਂਗਾ ਕਹਿੰਦੇ ਸਿੱਟ ਦਿੰਦਾ ਜੀ ਮੁੜ ਕੇ ਪ੍ਰਸ਼ਾਸਨ ਆਉਂਦਾ ਜਾ ਕੇ ਪੁਲਿਸ ਜੀ ਦੋ ਆਉਂਦੀ ਹੈ ਉਹ ਕਹਿੰਦੀ ਲਓ ਜੀ ਕੀ ਸਬੂਤ ਹੈ ਉਹ ਥੱਲੇ ਸਿੱਟੇ ਉੱਥੇ ਹੁੰਦਾ ਨਹੀਂ ਮੁੜ ਕੇ ਸਬੂਤ ਪੁਲਿਸ ਕੋਲੇ ਹੁੰਦਾ ਨਹੀਂ ਵਿਚਾਰੀ ਕੋਲੇ ਤੇ ਅਸੀਂ ਕੀ ਦੀਏ ਤੇ ਪੁਲਿਸ ਕੀ ਗਾਂ ਪੇਸ਼ ਕਰੂਗੀ ਗਾਂ ਜੱਜ ਸਾਹਿਬ ਨੂੰ ਬਰੀ ਕਰਕੇ ਧੋਰ ਦਿੰਦੇ ਵੀ ਚਲੋ ਜਾੜੋ ਭਾਈ ਉਹਦੇ ਘਰੇ ਫਿਰ ਉਹ ਆ ਕੇ ਪੂਰਾ ਫੁੱਲ ਕੇ ਜੋਰਾ ਛੋਰਾ ਦੇ ਫੇਰ ਕਰਨ ਲੱਗ ਜਾਂਦੇ ਜੀ ਬਾਪੂ ਜੀ ਕਿਵੇਂ ਜਿਹੜਾ ਫੈਸਲਾ ਲਿਆ ਨਸ਼ੇ ਵਾਲਾਂ ਦੇ ਖਿਲਾਫ ਠੀਕ ਹੈ ਇਹ ਠੀਕ ਹੈ ਠੀਕ ਹੈ ਭ ਜਿਵੇਂ ਕਹਿੰਦੇ ਆ ਵੀ ਜੇ ਕੋਈ ਬੇਚਨ ਆਊਗਾ ਉਹਦੀਆਂ ਰੱਤਾਂ ਤੋੜ ਦੇਣ ਤੋੜ ਦੇਣ ਬਸ ਠੀਕ ਹੈ ਠੀਕ ਹੈ ਹਾਂ ਨੌਜਵਾਨ ਕਿਵੇਂ ਦੇਖਦੇ ਆ ਫੈਸਲੇ ਨੂੰ ਵਧੀਆ ਬਈ ਵਧੀਆ ਦੇਖਦੇ ਆ ਨੌਜਵਾਨ ਸਾਡੇ ਓਵਰਡੋਜ਼ ਕਰਕੇ ਤਿੰਨ ਚਾਰ ਮੌਤਾਂ ਹੋਈਆਂ ਹਾਂ ਠੀਕ ਆ ਤੇ ਵੈਸੇ ਵਧੀਆ ਕਦਮ ਚੁੱਕਿਆ ਜੇ ਮੈਂ ਤਾਂ ਇਹੀ ਕਹਿਣਾਗਾ ਵੀ ਹੋਰ ਪਿੰਡਾਂ 'ਚ ਵੀ ਕਦਮ ਚੁੱਕੇ ਜਾਣ ਇਹ ਚੀਜ਼ ਹਾਂ ਵੀ ਵਧੀਆ ਗੱਲ ਆ ਜਵਾਨੀ ਬਚ ਜੇ ਠੀਕ ਆ ਤੇ ਨਹੀਂ ਤਾਂ ਬਈ ਬੁਰਾ ਹਾਲ ਆ ਜਵਾਨੀ ਦਾ ਠੀਕ ਆ ਨਿੱਕੇ ਨਿੱਕੇ ਬੱਚੇ ਕਿਵੇਂ ਬਚਣਗੇ ਉਹ ਉਹ ਵੀ ਇਹ ਕਿਤੇ ਤੇ ਲੱਗਣਗੇ ਇਹ ਕਿਤੇ ਤੇ ਲੱਗਣਗੇ ਹਾਂ ਵੇ ਵੇ ਕਿ ਅੱਗੇ ਵਾਧਾ ਜਾਊਗਾ ਵਾਧਾ ਜਾਊਗਾ 12 ਤੋਂ ਪਲੱਸ ਵੀ ਚਿੱਟੇ ਦੀ ਵੇਟ ਚੜਨ ਲੱਗ ਗਈ ਬੱਚੇ 12 ਪਲੱਸ ਹਾਂ ਛੋਟੇ ਛੋਟੇ ਉਮਰਾਂ ਦੇ ਬੱਚੇ ਹਾਂਜੀ ਹਾਂ ਸਹੀ ਗੱਲ ਹੈ ਜੀ ਸਹੀ ਹੈ ਹਾਂ ਸਰਪੰਚ ਸਾਹਿਬ ਇਹ ਮਤਲਬ ਜਿਹੜਾ ਫੈਸਲਾ ਲਿਆ ਇਹ ਕੁਝ ਸਮੇ ਲਈ ਆ ਜਾਂ ਪੱਕੇ ਤੌਰ ਤੇ ਪੱਕੇ ਤੌਰ ਤੇ ਹੀ ਮੁਕੰਮਲ ਤੌਰ ਤੇ ਬੰਦ ਕਰਕੇ ਟੰਗੀ ਜੇ ਮੈਂ ਕਿਸੇ ਦੀ ਵੀ ਆਵੇ ਸਰਕਾਰ ਕੋਈ ਹੈ ਸਰਕਾਰ ਦਾ ਆਪਾਂ ਨੂੰ ਕੋਈ ਨਹੀਂ ਸਰਕਾਰ ਹੈ ਸਾਡਾ ਆਪਦੇ ਪਿੰਡ ਦਾ ਪਿੰਡ ਬਚਾਉਣਾ ਪਿੰਡ ਬਚਾਉਣਾ ਪਿੰਡ ਬਚਾਉਣਾ ਹੂੰ ਤਾ ਕਾਲਚਰਾਣੀ ਦੇ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਸੀ ਪਿੰਡ ਦੇ ਲੋਕ ਮੌਜੂਦ ਸੀ ਪੰਚਾਇਤ ਮੈਂਬਰ ਮਨਜੂਸੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਭਾਈ ਚਿੱਟੇ ਵਾਲਾ ਹੁਣ ਆਪਦੀ ਜ਼ਿੰਮੇਵਾਰ ਆਪ ਹੈ ਸਾਡੇ ਪਿੰਡ ਦਾ ਬੜੇ ਜੇ ਕੋਈ ਨੌਜਵਾਨ ਜਿਹੜੇ ਪਿੰਡ ਦੇ ਸਾਡੇ ਛੱਡਣਾ ਚਾਹੁੰਦੇ ਆ ਉਹਨਾਂ ਦਾ ਨਸ਼ਾ ਸੀ ਛਡਾਵਾਂਗੇ ਮਦਦ ਕਰਾਂਗੇ ਆਰਥਿਕ ਵੀ ਕਰਾਂਗੇ ਤੇ ਪੂਰਾ ਸਹਿਯੋਗ ਦੇਵਾਂਗੇ ਪਰ ਜਿਹੜਾ ਪਿੰਡ ਵਿੱਚ ਨਾ ਚਿੱਟਾ ਵੇਚਣ ਦੇਣਾ ਤੇ ਜੇ ਚਿੱਟਾ ਵੇਚੂਗਾ ਪ੍ਰਸ਼ਾਸਨਿਕ ਕਾਰਵਾਈ ਹੋਊਗੀ ਤੇਰੀ ਆਪਦੀ ਹੈ ਉਹ ਆਪਦੀ ਕਾਰਵਾਈ ਵੀ ਅਸੀਂ ਕਰਾਂਗੇ ਕੈਮਰਾ ਪਰਸਨ ਹਮਤਾਜ ਢੱਲਾ ਦੇ ਨਾਲ ਮਨਿੰਦਰ ਜੀ ਸਿੱਧੂ ਲੋਕ ਵਾਈਟੀ